झूठ बोल रहे ने ना, इन्ना कुछ बोल रहे ने, सानू झलना औखा होया पिया। साडा बच्चा तां लोकां दीआं जिंदगियां बचाउण च लग्गिया होया सी। पीजीआई जा के पुछो वी उहने किन्ने मरीजां दी जान बचाई। जिहड़ा कोई डोनर मंगदा सी उहने फोन करना, उहने आपदी पोस्ट पाउणी, हजारां जवाक खड़ा हो जांदा सी। उह कहिंदे हैगे वी सिद्धू च हंकार सी। ਜਿਹੜੇ ਬੰਦੇ ਨੇ ਆਪਦੀ ਨਾ ਜ਼ਮੀਨ ਤੋਂ ਉੱਠ ਕੇ ਇੱਥੇ ਤੱਕ ਆਪਦੀ ਆਪ ਤਰੱਕੀ ਕੀਤੀ ਹੋਵੇ ਉਹਦੇ 'ਚ ਹੰਕਾਰ ਹੁੰਦਾ, ਠੀਕ ਹੈ। ਮੈਂ ਅੱਜ ਫਖਰ ਮਹਿਸੂਸ ਕਰਦੀ ਹਾਂ ਵੀ ਮੇਰਾ ਪੁੱਤ ਤਾਂ ਬਹਾਦਰ ਸੀ, ਸ਼ੇਰ ਸੀ, ਜਿਹਨੇ ਇੰਨੀ ਦੁਨੀਆ ਇਕੱਠੀ ਕੀਤੀ ਹੈ, ਜਿਹਨੂੰ ਇੰਨੀਆਂ ਮਾਵਾਂ ਰੋਂਦੀਆਂ ਨੇ, ਜਿਹਨੂੰ ਇੰਨੇ ਬੱਚੇ ਰੋਂਦੇ ਨੇ, ਜਿਹਨੂੰ ਇੰਨੇ ਬਜ਼ੁਰਗ ਰੋਂਦੇ ਨੇ, ਮੈਂ ਉਹ 'ਤੇ ਮਾਣ ਮਹਿਸੂਸ ਕਰਦੀ। ਉਹ ਬੁੱਝਦਿਲ ਨੇ, ਬੁੱਝਦਿਲ ਨੇ ਜਿਹੜੇ ਮੂੰਹ ਲੁਕੋ ਕੇ ਫੇਸਬੁੱਕਾਂ ਉੱਤੇ ਭਕਾਈਆਂ ਮਾਰਦੇ ਨੇ। ਇਹ ਕੋਰਾ ਝੂਠ ਬੋਲ ਰਹੇ ਨੇ ਸਿੱਧੂ ਦੀ ਛਵੀ ਖਰਾਬ ਕਰਨ ਵਾਸਤੇ। ਪਰ ਸਿੱਧੂ ਦੀ ਛਵੀ ਤਾਂ 2 ਮਹੀਨੇ ਹੋ ਗਏ ਸਾਨੂੰ ਪਤਾ, ਤੁਹਾਨੂੰ ਵੀ ਪਤਾ ਲੱਗ ਰਿਹਾ, ਸਾਨੂੰ ਵੀ ਪਤਾ ਲੱਗ ਰਿਹਾ ਵੀ ਉਹਦੀ ਛਵੀ ਕੀ ਸੀ। ਉਹ ਤਾਂ ਇੱਕ ਸ਼ੇਰ ਮਾਂ ਦਾ ਸ਼ੇਰ ਪੁੱਤ ਸੀ, ਸਾਨੂੰ ਮਾਣ ਮਹਿਸੂਸ ਆ ਉਹਦੇ 'ਤੇ, ਠੀਕ ਹੈ। ਸਾਨੂੰ ਸਾਡੀ ਮੇਰੀ ਕੁੱਖ ਨੂੰ ਆ ਕੇ ਰੋਜ਼ ਅਗਲੇ ਐਂ ਕਹਿੰਦੇ ਨੇ ਵੀ ਹਾਂ ਤੁਹਾਡੀ ਕੁੱਖ ਸੁਲੱਖਣੀ ਹੈ, ਸਲਾਮਾਂ ਕਰਦੇ ਨੇ, ਪਰ ਉਹਨਾਂ ਦੀਆਂ ਮਾਵਾਂ ਦੀ ਕੁੱਖ ਨੂੰ ਲੋਕ ਗਾਲਾਂ ਦੇ ਰਹੇ ਨੇ। ਮੇਰੀ ਆਤਮਾ ਨੂੰ ਸ਼ਾਂਤੀ ਤਾਂ ਮਿਲਦੀ ਹੈ ਜਦੋਂ ਉਹਨਾਂ ਨੂੰ ਇੰਨੀਆਂ ਗਾਲਾਂ ਮਿਲਦੀਆਂ ਨੇ। ਇਹਨਾਂ ਨੇ ਸੋਚਿਆ ਸੀ ਵੀ ਸਿੱਧੂ ਦੀ ਆਵਾਜ਼ ਨੂੰ ਖਮੋਸ਼ ਕਰ ਦਿਆਂਗੇ। ਸਿੱਧੂ ਨੂੰ ਜਿਉਂਦੇ ਨੂੰ 1 ਮਿਲੀਅਨ ਬੰਦਾ ਫੋਲੋ ਕਰਦਾ ਸੀ, ਅੱਜ ਉਹਨੂੰ 16 ਮਿਲੀਅਨ ਤੋਂ ਉੱਪਰ ਫੋਲੋ ਕਰਦੇ ਨੇ। ਸਿੱਧੂ ਦੀ ਸੋਚ ਅੱਗੇ ਨੂੰ ਦੁੱਗਣੀ ਹੋਈ ਹੈ। ਅਗਲੇ ਸਮੇਂ 'ਚ ਤੁਹਾਨੂੰ ਆਉਣ 'ਤੇ ਪਤਾ ਲੱਗ ਜੂਗਾ ਵੀ ਸਿੱਧੂ ਕੀ ਚੀਜ਼ ਸੀ। ਬਾਪੂ ਨਾਲ ਆ, ਤੇਰੇ ਕਾਲ ਕਰਦੀ ਸਾਨੂੰ ਇੱਕ ਵਾਰੀ, ਬਸ ਜੋ ਕਹਿਣਾ ਤੇਰੇ ਪਿੱਛੇ ਚੱਲਾਂਗੇ ਅਸੀਂ, ਨਾਲ ਆ ਤੇਰੇ ਜਮਾ ਨਾਲ ਆ, ਪੀਤਰ ਨਾ ਠੋਕਰਾਂਗੇ, ਜਾਣ ਦੇ ਦੇਈ ਬਾਪੂ, ਜਾਣ ਆ ਸਾਨੂੰ। ਸਾਡੇ ਵੀ ਜੀਵਤ ਕਈ ਹਜ਼ਾਰ ਨੇ, ਸੋਡੇ ਹੀ ਅਸੀਂ ਵੀ ਖੜੇ ਆ ਜਿਹੜੇ।